ਨਾਭਾ ਬਲਾਕ ਦੇ ਪਿੰਡ ਛਿੰਟਾਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਕਜੁੱਟ ਹੋ ਕੇ 550 ਸਾਲਾ ਪ੍ਰੋਗਰਾਮ ਕਰਵਾਇਆ ਜਾ ਰਿਹਾ, ਜਿੱਥੇ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਉਣ ਲਈ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌੜਾ ਨੇ ਆਖਿਆ ਕਿ 28 ਨਵੰਬਰ ਨੂੰ ਵਾਤਾਵਰਨ ਬਲਿਹਾਰੀ ਕੁਦਰਤ ਵਸਿਆ ਅਤੇ 2 ਦਸੰਬਰ ਨੂੰ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਉਹਨਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਚੁਆਰਾ ਸਾਹਿਬ ਛਿੰਟਾਵਾਲਾ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਵੱਲੋਂ 2 ਦਸੰਬਰ ਨੂੰ ਉੱਥੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ। ਇਹ ਜਿਹੜੇ ਸਮਾਗਮ ਨੇ 550 ਸਾਲਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ। ਉਹਨਾਂ ਸਮਾਗਮਾਂ ਦੇ ਤਹਿਤ 28 ਨਵੰਬਰ ਦਿਨ ਬੁੱਧਵਾਰ ਨੂੰ ਉਸੇ ਪਵਿੱਤਰ ਸਥਾਨ ਤੋਂ ਵਾਤਾਵਰਨ ਸੰਭਾਲ ਲਹਿਰ ਬਲਿਹਾਰੀ ਕੁਦਰਤ ਵਸਿਆ ਉੱਥੋਂ ਆਰੰਭ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਉੱਤੇ ਸੰਤ ਮਹਾਂਪੁਰਖ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਔਰ ਹੋਰ ਸੰਤ ਮਹਾਂਪੁਰਖ ਉਸ ਸਥਾਨ ਤੋਂ ਬੂਟੇ ਲਾ ਕੇ ਇਸ ਲਹਿਰ ਦੀ ਉੱਥੇ ਆਰੰਭਤਾ ਕਰਨਗੇ। ਇਹ ਜਿਹੜੀ ਬੂਟੇ ਲਾਉਣ ਦੀ ਲਹਿਰ ਹੈ ਇਹ ਸਮੁੱਚੇ ਹਲਕੇ ਵਿੱਚ ਚਲਾਈ ਜਾਊਗੀ। ਅਸੀਂ ਪਿੰਡ ਪਿੰਡ ਜਾ ਕੇ ਗੁਰਦੁਆਰਾ ਕਮੇਟੀਆਂ ਨੂੰ ਯੂਥ ਕਲੱਬਾਂ ਨੂੰ ਬੇਨਤੀ ਕਰਾਂਗੇ ਕਿ ਆਪਾਂ ਇਹਨਾਂ ਗੁਰੂ ਸਾਹਿਬ ਦੇ ਪੁਰਬਾਂ ਨੂੰ ਸਮਰਪਿਤ ਆਪਾਂ ਵੱਡੀ ਪੱਧਰ 'ਤੇ ਬੂਟੇ ਲਾਈਏ। ਉਹ ਸਾਡਾ ਇੱਕ ਟੀਚਾ ਵੀ ਸੀ, ਕਰੀਬ 50,000 ਬੂਟਾ ਲਾਉਣ ਦੀ ਸਾਡੀ ਇੱਕ ਟੀਚਾ ਰੱਖਿਆ ਜਿਹੜਾ ਅਸੀਂ ਇਸ ਹਲਕੇ ਵਿੱਚ ਲਗਾਉਣਾ। ਅਤੇ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਓ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਾਂ ਇਹਨਾਂ ਸਮਾਗਮ 'ਚ ਵੱਡੀ ਪੱਧਰ 'ਤੇ ਸਮੂਲਤ ਕਰੀਏ। 2 ਦਸੰਬਰ ਨੂੰ ਜਿੱਥੇ ਵਿਸ਼ਾਲ ਗੁਰਮਤਿ ਸਮਾਗਮ ਹੋ ਰਿਹਾ ਉਸ ਸਥਾਨ ਦੇ ਉੱਪਰ, ਜਿਸ ਦੇ ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੰਪਰਦਾਵਾਂ ਦੇ ਮੁਖੀ ਸਾਹਿਬਾਨ, ਨੇਕ ਸਿੰਘ ਜਥੇਬੰਦੀਆਂ ਔਰ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਪਹੁੰਚ ਰਹੇ ਨੇ। ਉੱਥੇ 2 ਦਸੰਬਰ ਨੂੰ 11 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। 550 ਸਾਲਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਮਨਾਇਆ ਜਾ ਰਿਹਾ ਹੈ। ਇਹਨੂੰ ਕੋਈ ਇੱਕ ਪਾਰਟੀ ਜਾਂ ਇੱਕ ਧਿਰ ਨਹੀਂ ਮਨਾ ਰਹੀ, ਇਹਨੂੰ ਸਮੁੱਚੀ ਹੀ ਸਾਡੀ ਪੰਜਾਬ ਸਰਕਾਰ ਵੀ ਮਨਾ ਰਹੀ ਹੈ ਔਰ ਉਹਨਾਂ ਦੇ ਨਾਲ ਰਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਇਹ ਇਸ ਸਾਲ ਜਾਣੀ ਆਰੰਭਤਾ ਹੋਣੀ ਹੈ 550 ਸਾਲੇ ਦੀ। ਇਹ ਪੂਰੇ ਦਾ ਪੂਰਾ ਜਿਹੜਾ ਸਾਲ ਹੈ ਇਹ 550 ਸਾਲੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਣਗੇ। ਉਹਨਾਂ ਦੇ ਵਿੱਚੋਂ ਇੱਕ ਧਾਰਮਿਕ ਸਮਾਗਮ ਗੁਰਦੁਆਰਾ ਚੁਆਰਾ ਸਾਹਿਬ ਛਿੰਟਾਵਾਲਾ ਵਿਖੇ ਅਸੀਂ ਸਾਰੇ ਰਲ ਕੇ ਇਲਾਕੇ ਭਰ ਦੀ ਸੰਗਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸਤਿੰਦਰ ਸਿੰਘ ਟੌੜਾ ਔਰ ਸਮੁੱਚੇ ਹੀ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨਮਾਈ ਦੇ ਹੇਠ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਾ ਅਸੀਂ ਮਨਾ ਰਹੇ ਹਾਂ। ਪੂਰਾ ਸਾਲ ਭਰ ਇਹ ਸਮਾਗਮ ਚੱਲਣਗੇ ਔਰ ਇਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਅੰਦਰ ਪੰਜਾਬ ਸਰਕਾਰੋਂ ਵੀ ਵੱਡੇ ਉਪਰਾਲੇ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਜਾਂ ਇਸ ਸਮਾਗਮ ਨੂੰ ਸਮਰਪਿਤ ਥਾਂ ਥਾਂ 'ਤੇ ਵੱਡੇ ਕਾਰਜ ਸਰਕਾਰ ਕਰ ਰਹੀ ਹੈ। ਸੋ ਅਸੀਂ ਵੀ ਉਸੇ ਤਹਿਤ ਇਹ ਸਮਾਗਮ 550 ਸਾਲਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਵੱਡਾ ਸਮਾਗਮ ਇੱਥੇ ਕਰਾਉਣ ਜਾ ਰਹੇ ਹਾਂ।